ਬਖਸ਼ੇ ਭੰਡਾਰਿਆਂ ਦੇ ਵਿੱਚੋਂ ਲੰਗਰ ਆਪ ਜੀ ਚੌਲਾਂ ਦਾ ਪ੍ਰਸ਼ਾਦ ਆਪ ਨੂੰ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨਾ ਹੈ। ਇਸ ਵੇਲੇ ਆਪ ਜੀ ਕਰੋ ਕਿਰਪਾ, ਆਪਦੇ ਸੇਵਕਾਂ ਨੂੰ ਹੋਮ ਧੂਫ ਨਾ ਕਰਨ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ। ਕਰੋ ਕਿਰਪਾ, ਇਸ ਵੇਲੇ ਨਗਰ ਦੇ ਮਿਹਰ ਭਰਿਆ ਹੱਥ ਰੱਖੋ, ਨਗਰ ਨੂੰ ਖੁਸ਼ੀਆਂ ਵਰਤੋ, ਨਗਰ ਦੇ ਸੱਚੇ ਪਾਤਸ਼ਾਹ ਕਾਰਨ ਰਾਸ ਸੁੱਖਾਂ ਦਾ ਪ੍ਰਕਾਸ਼ ਗੁਰੂ ਮਹਾਰਾਜ ਬਾਹਰ ਬੈਠਿਆਂ ਦੀ ਰੱਖਿਆ ਕਰਨੀ, ਆਪਦੇ ਨਗਰ ਤੇ ਸਮੱਸਿਆ ਬਖਸ਼ਣੀ, ਕਿਰਪਾ ਕਰਨੀ ਸੱਚੇ ਪਾਤਸ਼ਾਹ, ਦੂਰੋਂ ਨੇੜੋਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਆਪ ਦੀ ਨਗਰਾਂ ਦੇ ਵਿੱਚ ਕਾਰੋਬਾਰਾਂ ਵਿੱਚ ਸਾਹਿਬਰਿਆਂ ਦੇ ਵਾਧੇ ਕਰਨੇ ਸੱਚੇ ਪਾਤਸ਼ਾਹ, ਬੱਚਿਆਂ ਨੂੰ ਬਲ ਖੁਸ਼ੀ ਬਖਸ਼ਣੀ, ਬੱਚਿਆਂ ਨੂੰ ਮਾਪਿਆਂ ਦੇ ਆਗਿਆਕਾਰੀ ਬਣਾ ਕੇ ਰੱਖਣਾ, ਭੈੜੀਆਂ ਆਦਤਾਂ ਤੋਂ ਮੋੜ ਕੇ ਰੱਖਣਾ, ਆਪਦੀ ਬਾਣੀ ਨਾਲ ਜੋੜਨਾ ਸੱਚੇ ਪਾਤਸ਼ਾਹ, ਨਗਰ ਦੇ ਸੱਚੇ ਪਾਤਸ਼ਾਹ ਸੁੱਖ ਸ਼ਾਂਤੀ, ਸਾਰੇ ਨਗਰ ਪਰਿਵਾਰ ਵੱਲੋਂ ਗੁਰੂ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਰਲ ਮਿਲ ਕੇ ਆਪ ਜੀ ਸੱਚੇ ਕਰਕੇ ਦਸਾਂ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਆਪ ਜੀ ਨੂੰ ਜੋ ਵੀ ਸੱਚੇ ਪਾਤਸ਼ਾਹ ਭੋਜਨ ਚੌਲਾਂ ਦਾ ਤਿਆਰ ਹੈ, ਆਪ ਜੀ ਕਿਰਪਾ ਦਰ ਪ੍ਰਵਾਨ ਕਰੋ, ਟੀਕਾ ਪ੍ਰਵਾਨ ਪ੍ਰਸ਼ਾਦ ਹੋਮ ਧੂਫਨਾ ਆਪ ਜੀ ਸੱਚੇ ਪਾਤਸ਼ਾਹ ਰਹੀਆਂ ਹਨ। ਆਪ ਜੀ ਕਿਰਪਾ ਕਰ ਸਭ ਤੇ ਸਮੱਸਿਆ ਕਰੋ ਕਿਰਪਾ, ਇਸ ਵੇਲੇ ਆਪ ਦੇ ਸੇਵਕਾਂ ਦੇ ਸਰਵਾਇ ਕਾਰਜ ਰਾਸ ਕਰਨੇ ਕਰੋ, ਇਸ ਵੇਲੇ ਸਿੰਘ ਪਿਆਰੇ ਜਿਨ੍ਹਾਂ ਮਿਲਿਆ ਨਾਮ ਧਿਆਏ ਨਾਨਕ ਨਾਮ ਚੜ੍ਹਦੀ ਕਲਾ ਕਿਰੇ ਪਾਣੀ ਸਰਬਲ ਸਤਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ।